ਨਾਮ ਰਿੰਕੂ ਆ ਜੀ। ਹਾਂਜੀ ਰਿੰਕੂ ਆ ਜੀ ਨਾਮ। ਅਤੇ ਕੀ ਗੱਲ ਹੋਈ ਹੈ ਬਾਅਦ 'ਚ? ਗੱਲ ਭਾਅ ਜੀ ਕੋਈ 6:30 ਵਜੇ ਕੋਈ ਲਗਭਗ ਨਸ਼ਹਿਰਾ ਬਣਵਾ ਸਾਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ, ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਏ ਆ ਬੰਦੇ, ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚੱਲ ਗਏ ਆ ਜੀ। ਕਿੰਨੀਆਂ ਗੋਲੀਆਂ ਵੱਜੀਆਂ ਜੀ? 3 ਗੋਲੀਆਂ ਲੱਗੀਆਂ ਜੀ। ਬਿਲਕੁਲ ਮੌਤ ਹੋ ਗਈ ਜੀ ਵੀਰ ਦੀ। ਅਤੇ ਕਿੰਨੇ ਬੱਚੇ ਵੀਰ ਦੇ? ਵੀਰ ਦੇ 2 ਗੁੱਡੀਆਂ 'ਚ, 1 ਕਾਕਾ ਵਾ ਜੀ, ਉਹ ਵੀ 6-7 ਮਹੀਨੇ ਦੇ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਪੁਲਿਸ ਨੂੰ? ਅਸੀਂ ਜੀ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਚੀਜ਼ ਨੂੰ ਰੋਕਿਆ ਜਾਵੇ, ਰੋਜ਼ ਇਹ ਨਵੀਆਂ ਤੋਂ ਨਵੀਆਂ ਜਿਹੜੀਆਂ ਦੁਰਘਟਨਾ ਹੁੰਦੀਆਂ ਵਾ ਅਤੇ ਇਹਨਾਂ 'ਤੇ ਰੋਕ ਲਾਈ ਜਾਵੇ ਜੀ। ਅਤੇ ਵੀਰ ਦੀ ਕੋਈ ਲਾਗਦਾਰ ਤਾਂ ਨਹੀਂ? ਨਹੀਂ ਜੀ ਨਹੀਂ, ਕਿਸੇ ਨਾਲ ਕੋਈ ਬਹੁਤ ਪਿਆਰ ਸੀ, ਹਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ, ਕਿਸੇ ਨਾਲ ਮਤਲਬ ਕਦੇ ਵੱਧ ਘੱਟ ਨਹੀਂ ਸੀ ਕੀਤੀ ਵੀਰ ਨੂੰ। ਬਾਕੀ ਕੁਛ ਪਤਾ ਲੱਗਾ ਕਿੰਨਾ ਨੇ ਮਾਰੀ? ਨਹੀਂ ਜੀ ਅਜੇ ਨਹੀਂ ਕੋਈ ਪਤਾ ਲੱਗਾ ਜੀ। ਗੋਲੀਆਂ ਮਾਰ ਕੇ ਜਿਹੜਾ ਚਲੇ ਗਏ ਆ, ਇਹਨੂੰ ਹਸਪਤਾਲ ਲਿਆਂਦਾ ਹੈ ਗੁਰੂ ਨਾਨਕ ਹਸਪਤਾਲ, ਜਿੱਥੇ ਉਹਦੀ ਮੌਤ ਹੋ ਚੁੱਕੀ ਹੈ। ਬਾਕੀ ਸਿੰਘਾਂ ਦਾ ਉੱਥੇ 6:30 ਦੇ ਲਗਭਗ ਸੀਨੀਅਰ ਅਫਸਰ ਦੇ ਮੁਤਾਬਕ ਅਗਲੀ ਕਾਰਵਾਈ ਸੀਨੀਅਰ ਅਫਸਰ ਕਰਨਗੇ, ਉਹ ਦੱਸ ਸਕਦੇ ਆ ਕਿ